ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਮੈਂ ਸਤਿਕਾਰ ਭੇਟ ਕੀਤਾ ਔਰ ਸ਼ਾਇਦ ਲੋਕ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸ਼ਹੀਦ ਊਧਮ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਨ 'ਤੇ ਇਤਿਹਾਸ ਸਤਿਕਾਰ ਭੇਟ ਕੀਤਾ ਗਿਆ ਹੋਵੇ। ਔਰ ਮੈਨੂੰ ਇਸ ਗੱਲ 'ਤੇ ਵੀ ਖੁਸ਼ੀ ਹੈ ਕਿ ਸਾਰੀਆਂ ਪਾਰਟੀਆਂ ਦੇਸ਼ ਦੀਆਂ ਸਾਰੇ ਨੇਤਾਵਾਂ ਨੇ ਹਾਊਸ ਦੇ ਵਿੱਚ ਇੱਕਮੱਤ ਹੋ ਕੇ ਸਾਰੇ ਹਾਊਸ ਨੇ ਸ਼ਹੀਦ ਊਧਮ ਸਿੰਘ ਨੂੰ ਮੇਰੇ ਵੱਲੋਂ ਜੋ ਮਤਾ ਰੱਖਿਆ ਗਿਆ ਉਹਦੇ 'ਤੇ ਸਪੋਰਟ ਕੀਤੀ, ਸਤਿਕਾਰ ਭੇਟ ਕੀਤਾ। ਮੈਂ ਇਹੀ ਗੱਲ ਕਹੀ ਕਿ ਸ਼ਹੀਦ ਊਧਮ ਸਿੰਘ ਨੇ ਹਿੰਦੁਸਤਾਨ ਦੀ ਇੱਜ਼ਤ ਵੀ ਬਚਾਈ ਔਰ ਨਿਹੱਥੇ ਭਾਰਤੀਆਂ ਦਾ ਜਿਹੜੇ 2000 ਤੋਂ ਉੱਪਰ ਜਲ੍ਹਿਆਂਵਾਲੇ ਬਾਗ ਦੇ ਵਿੱਚ ਖੂਨੀ ਸਾਕਾ ਹੋਇਆ ਉਹਦਾ ਬਦਲਾ ਵੀ ਲਿਆ। ਅਤੇ ਇਹ ਵੀ ਸੱਚ ਆ ਜੋ ਇਤਿਹਾਸਕਾਰ ਵੀ ਲਿਖਦੇ ਨੇ, ਦੁਨੀਆ ਕਹਿੰਦੀ ਆ ਕਿ ਅੰਗਰੇਜ਼ 100 ਸਾਲ ਅਜੇ ਭਾਰਤ ਨਾ ਛੱਡਦਾ। ਜੇ ਅੰਗਰੇਜ਼ ਦੇ ਘਰ ਜਾ ਕੇ ਮਾਈਕਲ ਅਡਵਾਇਰ ਨੂੰ ਸ਼ਹੀਦ ਊਧਮ ਸਿੰਘ ਗੋਲੀ ਨਾ ਮਾਰਦੇ ਅਤੇ ਆਪਣੇ ਅਫਸਰ ਦਾ ਡੁੱਲਿਆ ਖੂਨ ਅੰਗਰੇਜ਼ਾਂ ਨੇ ਅੱਖਾਂ ਨਾਲ ਦੇਖਿਆ ਅਤੇ ਇਸ ਲਈ ਉਹ ਦੇਸ਼ ਹਿੰਦੁਸਤਾਨ ਛੱਡਣ ਲਈ ਮਜਬੂਰ ਹੋਇਆ। ਸੋ ਇਸ ਲਈ ਐਸੇ ਮਹਾਨ ਯੋਧੇ ਦੀ ਇੱਕ ਤਸਵੀਰ ਵੀ ਸੰਸਦ ਦੇ ਅੰਦਰ ਗੈਲਰੀ 'ਚ ਲੱਗਣੀ ਚਾਹੀਦੀ ਆ, ਜਿੱਥੇ ਆਜ਼ਾਦੀ ਦੇ ਸੰਗਰਾਮੀਆਂ ਦੀਆਂ ਦੇਸ਼ ਲਈ ਘਾਲਣ ਵਾਲੇ ਲੋਕਾਂ ਦੀਆਂ ਹੋਰ ਤਸਵੀਰਾਂ ਲੱਗੀਆਂ ਹੋਈਆਂ ਨੇ, ਉੱਥੇ ਇੱਕ ਫੋਟੋ ਜਿਹੜੀ ਆ ਇੱਕ ਮਹੱਤਵਪੂਰਨ ਥਾਂ 'ਤੇ ਸ਼ਹੀਦ ਊਧਮ ਸਿੰਘ ਦੀ ਲੱਗਣੀ ਜ਼ਰੂਰੀ ਆ। ਇਹ ਮੰਗ ਵੀ ਮੈਂ ਹਾਊਸ ਵਿੱਚ ਰੱਖੀ ਔਰ ਸਾਰੇ ਪਾਰਟੀਆਂ ਨੇ, ਸਾਰੇ ਹਾਊਸ ਨੇ ਸਰਬਸੰਮਤੀ ਨਾਲ ਮੇਰੀ ਗੱਲ ਦੀ ਸਪੋਰਟ ਕੀਤੀ। ਇਹਨਾਂ ਦੇ 18 ਤੇ 2 ਵੀ ਹੁਣ ਤੇ ਬਰਾਬਰ ਬਰਾਬਰ ਹੋ ਗਿਆ ਕੰਮ ਹੈ।